ਕੈਬਨਿਟ ਸਬ ਕਮੇਟੀ ਦੀ ਬੈਠਕ ਸੀ ਔਰ ਇਹ ਤੀਸਰੀ ਮੀਟਿੰਗ ਸੀ ਕੈਬਨਿਟ ਸਬ ਕਮੇਟੀ ਦੀ ਜਿਹਦੇ ਵਿੱਚ ਕਿ ਕਿਸਾਨਾਂ ਦੇ ਜਿਹੜੇ ਆੜ੍ਹਤੀਆਂ ਦੇ ਕਰਜ਼ੇ ਹੈ ਉਹਨਾਂ ਦੇ ਮੁਤਲਕ ਸਰਕਾਰ ਦਾ ਕੀ ਰੱਦ ਅਮਲ ਹੋਣਾ ਚਾਹੀਦਾ, ਉਹਨਾਂ ਨੂੰ ਕਿਸ ਕਿਸਮ ਦੀ ਰਾਹਤ ਦਿੱਤੀ ਜਾ ਸਕਦੀ ਹੈ ਔਰ ਨਤੀਜੇ ਜਿਹੜੇ ਹੈ ਉਸ ਕੈਬਨਿਟ ਸਬ ਕਮੇਟੀ ਜਿਹੜੀ ਹੈ ਆਪਣੇ ਉਹ ਕੈਬਨਿਟ ਨੂੰ ਪੇਸ਼ ਕਰੇਗੀ ਤਾਂ ਕਿ ਜੋ ਵੀ ਫੈਸਲੇ ਜਾਂ ਜਿਨ੍ਹਾਂ ਸਿੱਟਿਆਂ 'ਤੇ ਅਸੀਂ ਪਹੁੰਚੇ ਹਾਂ ਉਹ ਇੱਕ ਕਿਸੇ ਐਕਟ ਦੇ ਸ਼ਕਲ 'ਚ ਤਬਦੀਲ ਹੋ ਕੇ ਅਤੇ ਵਿਧਾਨ ਸਭਾ 'ਚ ਇਹ ਐਕਟ ਬਣਾਇਆ ਜਾਵੇ। ਔਰ ਉਹ ਸਿਫਾਰਸ਼ਾਂ ਕੀ ਨੇ ਸਬ ਕਮੇਟੀ ਦੀਆਂ ਉਹ ਸ਼ਾਇਦ ਮੈਂ ਜਦੋਂ ਤਾਈਂ ਕੈਬਨਿਟ 'ਚ ਡਿਸਕਸ ਨਹੀਂ ਹੁੰਦਾ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦਾ। ਮਜ਼ੀਦ 7 ਕਿਸਾਨ ਜਥੇਬੰਦੀ ਉਹਨਾਂ ਨਾਲ ਵੀ ਮੁਲਾਕਾਤ ਜਿਹੜੀ ਹੈ ਹੋਈ ਹੈ ਔਰ ਉਹਨਾਂ ਦੇ ਸੁਝਾਅ ਜਿਹੜੇ ਹੈ ਉਹ ਔਰ ਉਹਨਾਂ ਦੇ ਜਿਹੜੇ ਖਦਸ਼ੇ ਹੈ ਉਹਨਾਂ ਦੇ ਮਸਲੇ ਮਿਸਾਇਲ ਹੈ ਉਹਨਾਂ 'ਤੇ ਵੀ ਸਾਰਿਆਂ 'ਤੇ ਵਿਚਾਰ ਹੋਇਆ। ਸੋ ਮੈਨੂੰ ਖੁਸ਼ੀ ਹੈ ਕਿ ਗੱਲ ਜਿਹੜੀ ਹੈ ਕਿਸੇ ਨਾ ਕਿਸੇ ਕਿਨਾਰੇ ਲੱਗੂਗੀ। ਸਰ ਸਭ ਮੈਂ ਜਦੋਂ ਤਾਈਂ ਇਹ ਮੇਰੀ ਮਜਬੂਰੀ ਹੈ ਕਿ ਜਦੋਂ ਤਾਈਂ ਕੈਬਨਿਟ ਦੇ ਵਿੱਚ ਡਿਸਕਸ਼ਨ ਨਹੀਂ ਹੁੰਦੀ ਮੈਂ ਕੋਈ ਗੱਲ ਇਹੋ ਜਿਹੀ ਕੱਲ੍ਹ ਦੱਸ ਨਹੀਂ ਸਕਦਾ। ਸਰ ਸਿੱਧੂ ਸਾਹਿਬ ਇੱਕ ਬੜੀ ਇੰਪੋਰਟੈਂਟ ਗੱਲ ਕਹਿ ਕੇ ਗਏ ਨੇ ਕਿ ਆੜ੍ਹਤੀ ਜਿਹੜੇ ਬਿਨਾਂ ਲਾਇਸੈਂਸ ਤੋਂ ਕਰਜ਼ੇ ਦਿੰਦੇ ਸੀ ਜਾਂ ਆੜ੍ਹਤੀਆਂ ਦੇ ਕਰਜ਼ੇ ਇੱਕ ਤਰ੍ਹਾਂ ਨਿਯਮਬੱਧ ਕੀਤੇ ਜਾਣਗੇ ਮੈਂ ਫਿਰ ਕਹਿੰਦਾ ਕਿ ਜੋ ਵੀ ਸਬ ਕਮੇਟੀ ਦੀ ਸਿਫਾਰਸ਼ਾਂ ਹੈ ਉਹ ਕੈਬਨਿਟ ਦੇ ਅੱਗੇ ਪੇਸ਼ ਕਰ ਦਿੱਤੀ ਜਾਏਗੀ ਔਰ ਫਿਰ ਜਿੱਦਣ ਕੈਬਨਿਟ ਨੇ ਇਹਦੇ 'ਤੇ ਕੋਈ ਨਾ ਕੋਈ ਰਵੱਈਆ ਅਪਣਾ ਲਿਆ ਫਿਰ ਉਸ ਤੋਂ ਬਾਅਦ ਇਹ ਮੈਂ ਤੁਹਾਨੂੰ ਦੱਸ ਸਕਦਾ। ਮੈਂ ਕੈਬਨਿਟ ਸਬ ਕਮੇਟੀ ਦੀ ਜਿਹੜੀਆਂ ਡਿਸਕਸ਼ਨ ਹੈ ਉਹ ਪ੍ਰੈਸ ਦੇ ਸਾਹਮਣੇ ਅੱਜ ਨਹੀਂ ਰੱਖ ਸਕਦਾ। ਰੇਟ ਆਫ ਇੰਟਰਸਟ ਜਿਹੜਾ 18% ਸਭ ਉਹ ਮੈਨੂੰ ਲੱਗਦਾ ਕੋਈ ਗਲਤ ਬਿਆਨ ਆ ਗਿਆ ਕਿ 18% ਹੋਏਗਾ ਔਰ ਉਹ ਕਿੰਨਾ ਹੋਏਗਾ ਉਹ ਕਿੰਨਾ ਪ੍ਰਿਸਕ੍ਰਾਈਬ ਕਰ ਸਕਦੀ ਹੈ ਸਰਕਾਰ ਇਹ ਵੀ ਉਹ ਸਭ ਕੈਬਨਿਟ ਸਬ ਕਮੇਟੀ ਦਾ ਹਿੱਸਾ ਸਰ। ਥੈਂਕ ਯੂ ਜੀ। ਕਰਜ਼ੇ ਦੀ ਗੱਲ ਕਰੀਏ ਕਦੋਂ ਤੱਕ ਕਰਜ਼ਾ ਮਾਫ ਹੋਣੇ ਦੀ ਵੀ ਕਿਉਂਕਿ ਲਗਾਤਾਰ ਸੁਸਾਈਡ ਦਾ ਜਿਹੜਾ ਆਂਕੜਾ ਹੈ ਉਹ ਵੱਧਦਾ ਜਾ ਰਿਹਾ ਹੈ। ਅੱਜ ਵੀ ਇੱਕ ਮੌਕੇ ਦੇ ਵਿੱਚ ਸੁਸਾਈਡ ਹੋਈ ਜਿਹੜਾ ਲੱਗਦੀ ਹੈ ਜੇ ਕਿਤੇ ਨਾ ਕਿਤੇ ਕਿਸਾਨ ਹੁਣ ਹਤਾਸ਼ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਰਜ਼ਾ ਮਾਫ ਨਹੀਂ ਹੋਣਾ ਕੇਵਲ ਬਿਆਨਬਾਜ਼ੀ ਹੋ ਰਹੀ ਹੈ। ਨਹੀਂ ਦੇਖੋ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਿਧਾਨ ਸਭਾ ਦੇ ਵਿੱਚ ਜੋ ਛੋਟੇ ਅਤੇ ਮਾਰਜਨਲ ਕਿਸਾਨ ਦੇ ਕਰਜ਼ਾ ਮਾਫੀ ਦੀ ਗੱਲ ਕੀਤੀ ਔਰ ਉਹਦੀ ਰਕਮ ਜਿਹੜੀ ਹੈ ਕਿਉਂਕਿ ਹੱਕ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ ਸਰਕਾਰ ਸਾਹਮਣੇ ਆ ਗਈ ਹੈ 10,000 ਕਰੋੜ ਤਕਰੀਬਨ ਸਰਕਾਰ ਨੂੰ ਕਰਜ਼ਾ ਮਾਫੀ ਵਾਸਤੇ ਪੈਸੇ ਦੀ ਲੋੜ ਹੈ। ਇਹ ਫਾਈਨੈਂਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੁਣ ਬਣਦੀ ਹੈ ਕਿ ਇਹ ਪੈਸਾ ਕਿੱਥੋਂ ਲੈ ਕੇ ਆਈਏ। ਇਹ FRBM ਦੇ ਜਿਹੜਾ ਕਾਨੂੰਨ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਉਹਦੇ 'ਚ ਕੋਈ ਰਿਲੈਕਸੇਸ਼ਨ ਆਵੇ ਜਾਂ ਕਿਸਾਨ ਕਿਸੇ ਹੋਰ ਸੋਰਸ ਤੋਂ ਸਰਕਾਰ ਕਿਸੇ ਹੋਰ ਸੋਰਸ ਤੋਂ ਇਹ ਪੈਸੇ ਲਿਆ ਕੇ ਆਵੇ ਇਹ ਜ਼ਿੰਮੇਵਾਰੀ ਜਿਹੜੀ ਹੈ ਹੁਣ ਫਾਈਨੈਂਸ ਡਿਪਾਰਟਮੈਂਟ ਦੀ ਅਸੀਂ ਇਸ 'ਤੇ ਲੱਗੇ ਹੋਏ ਹਾਂ। ਸਰ ਸਿੱਧੂ ਸਾਹਿਬ ਬਿਆਨ ਦੇ ਕੇ ਗਏ ਹਾਂ